हमरा भरम गया भगा। जब राम नाम
चित लागा जब राम नाम चित लागा हमरा भरम गया हमरा भरम गया भागा हमरा भर में गया भागा। बाजी गाल डंक बजा डंक बजाए सब खालिक तमाशे आई सब खालिक तुमाशे आई बाजीगर स्वांग सकेला बाजीगर स्वांग सकेला अपने रंग रवे अकेला अपने रंग रवे अकेला अकेला हमरा भरम गया हमरा भरम गया भागा जब राम नाम चित लागा हमरा भरम गया भागा हमरा भरम गया भागा कथनी कह परम जाई कथनी कह परम जाई सब कथ कथ रही लुकाई सब कथ कथ रही लुकाई Thank you.
जानको गुरुमुख आप बुझाई। जानको गुरुमुख आप बुझाई। हृदय रहे समाई ताके हृदय रहा समाई। चित लगा
हमरा परम गया पाव भागा जब राम नाम चित लागा हमरा परम गया कथनी के परम न जाई कथनी कह परम न जाए सब कथ कथ रही लुकाई हमरा परम गया दोए दोए लोचन पेखा लोचन पेखा हो हर बिन अवर ना देखा हमरा परम गया नैन रहे रंग लाई नैन रहे रंग लाई अब बेगल कहन न जाए हमरा परम गया लोचन नाल लोचन नाल अखा नाल पेखा दो लफज वक्री वक्री करया ने ऐसे गल नु संधि करना चाहना शब्द बड़ा प्रचलित है बड़ा प्रचलित शब्द है मैं चाहना इन दे विचली गल असी संधि करिए लोचन ते पेखा दो क्रिया वक्रिया ने अखां होर चीज ने अखां दा देखना होर चीज है सारियां कोल अखां हुंदियां ने पर सारे देखदे नहीं कई बार जीवन दा समा ऐसा हुंदा है अखां हुंदियां ने पर देखदियां नहीं गुरु ने ऐसे लोगों लिए भी गल आख दी बेखत चाखत कहियत अंधा सुनियत सुनिए नहीं अखा है ये तो संसार की गल है दुनियादारी दी अखा पर इत्थे रब नू देखण दा मसला है रुकना ये है क्योंकि इत्थे लफज ने दोए दोए लोचन पेखा हो हर बिन अवर ना देखा अखा देख दिया ने रब नू देख दिया ने ख्याल करियो जो मैं अर्ज की सारिया अखां हमेशा नहीं देख दिया जो खुल दिया ने उदो ही देख दिया ने अखा हो पर नींद आई हो अखां बार बार बंद होंदिया हो देखने आप एक्सीडेंट हो जाते अखां तो होंदिया ही नहीं ड्राइविंग लाइसेंस मिलता ही तो है अखा नू टेस्ट करके
ਅੱਖਾਂ ਹੁੰਦੀਆਂ ਵੀ ਨੇ, ਅੱਖਾਂ ਦੇਖ ਵੀ ਸਕਦੀਆਂ ਨੇ, ਪਰ ਐਕਸੀਡੈਂਟ ਹੋ ਗਿਆ। ਕਿਉਂ? ਕਿਉਂਕਿ ਨੀਂਦ ਨੇ ਗਲਬਾ ਪਾ ਲਿਆ ਤੇ ਉਸ ਨੀਂਦ ਵਿੱਚ ਅੱਖਾਂ ਹੁੰਦੀਆਂ ਹੋਈਆਂ ਵੀ ਬੰਦ ਹੋ ਗਈਆਂ ਨੇ। ਵਿਚਾਰਨਾ ਜਿੰਨਾ ਸਹਿਜ ਵਿੱਚ ਆਮ ਗੱਲਬਾਤ ਵਿੱਚ ਵਿਚਾਰਾਂਗੇ ਓਨਾ ਹੀ ਕੁਝ ਲੱਭੇਗਾ। ਹੁੰਦਿਆਂ ਸੁਣਦਿਆਂ ਅੱਖਾਂ ਨੀਂਦ ਦੇ ਗਲਬੇ ਨਾਲ ਦੇਖ ਸਕਦੀਆਂ, ਅੱਖਾਂ ਨੀਂਦ ਦੇ ਗਲਬੇ ਨਾਲ ਬੰਦ ਹੋ ਜਾਂਦੀਆਂ ਨੇ। ਤੇ ਜਦੋਂ ਅੱਖਾਂ ਬੰਦ ਹੋ ਜਾਣਗੀਆਂ ਐਕਸੀਡੈਂਟ ਹੋ ਜਾਏਗਾ, ਦਿਸਣਾ ਨਹੀਂ। ਹੁਣ ਦੇਖ ਸਕਦਾ ਪਰ ਦਿਸਦਾ ਨਹੀਂ। ਮੰਨ ਲਓ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਇਹ ਨਹੀਂ, ਮੈਂ ਉਸ ਪਾਸੇ ਜਾਣਾ ਚਾਹੁੰਦਾ ਕਿਉਂਕਿ ਗੱਲ ਇੱਥੇ ਰੱਬ ਦੀ ਚੱਲ ਰਹੀ। ਮਨ ਨੂੰ ਰੱਬ ਨੂੰ ਪ੍ਰਭੂ ਨੂੰ ਦੇਖਣ ਵਾਲੀਆਂ ਅੱਖਾਂ ਇਹ ਨਹੀਂ, ਗੁਰਬਾਣੀ ਨੇ ਵੀ ਆਖ ਦਿੱਤਾ। ਲੋਇਨ ਲੋਈ ਡਿੱਠ ਪਿਆਸ ਨਾ ਬੂਝੇ ਮੂੰਹ ਘਣੀ, ਨਾਨਕ ਸੇ ਅੱਖੜੀਆਂ ਬਿਆਨ, ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਿਸੰਦੋ ਮਾਂ ਪੀਰੀ। ਇਹਨਾਂ ਅੱਖਾਂ ਨਾਲ ਨਹੀਂ, ਰੱਬ ਨੂੰ ਦੇਖਣ ਵਾਲੀਆਂ ਅੱਖਾਂ ਹੋਰ ਨੇ। ਅਤੇ ਉਹ ਵੀ ਫੈਸਲਾ ਦੇ ਦਿੱਤਾ, ਮੈਂ ਜ਼ਰਾ ਉਸੇ ਨੂੰ ਪਿਛਲੀ ਗੱਲ ਨੂੰ ਛੇੜ ਕੇ ਅੱਗੇ ਤੁਰਨਾ ਚਾਹੁੰਦਾ। ਉਹ ਵੀ ਫੈਸਲਾ ਦੇ ਦਿੱਤਾ, ਕਹਿਣ ਲੱਗੇ ਪੈ ਕੇ ਚਰਨ ਕਰ ਭਾਵ ਕੇ, ਪੈ ਕੇ ਚਰਨ ਕਰ ਭਾਵ ਕੇ, ਲੋਇਨ ਸੁਰਤ ਕਰੇ। ਸੁਰਤੀ ਨੂੰ ਅੱਖਾਂ ਬਣਾ ਲੈ। ਨਾਨਕ ਕਹਿ ਸਿਆਣੀਏ ਇਵਕ ਅੰਤ ਮਿਲਾਵਾ ਹੋਏ, ਸੁਰਤ ਨੂੰ ਅੱਖਾਂ, ਸੁਰਤ ਦੇ ਦੀਆਂ ਅੱਖਾਂ ਨਾਲ ਰੱਬ ਦੇਖਿਆ ਜਾਂਦਾ। ਪਰ ਇੱਥੇ ਇੱਕ ਲਫ਼ਜ਼ ਹੈ, ਸਿਰਫ ਅੱਖਾਂ ਨਾਲ ਨਹੀਂ, ਅੱਖਾਂ ਨਾਲ ਪੇਖਣ ਨਾਲ। ਬੰਦ ਅੱਖਾਂ ਹੋ ਸਕਦੀਆਂ ਨੇ ਜਿਹੜੀਆਂ ਅੱਖਾਂ ਹੋਣ ਪਰ ਪੇਖਣ ਨਾਲ। ਇੱਥੇ ਲਫ਼ਜ਼ ਨੇ ਦੋਏ ਦੋਏ ਲੋਚਨ ਪੇਖਾ ਅਗਲੀ ਕਰਿਆ। ਦੇਖੋ ਅੱਖਾਂ ਸੁਰਤ ਅੱਖਾਂ ਨੇ ਮੰਨ ਲਓ, ਪਰ ਉਹ ਸੁਰਤ ਤਾਂ ਗੁਰਬਾਣੀ ਵੀ ਆਖਦੀ ਹੈ ਸਾਰਿਆਂ ਕੋਲ ਹੈ, ਕਿਸੇ ਕੋਲ ਥੋੜ੍ਹੀ ਹੈ, ਕਿਸੇ ਕੋਲ ਜ਼ਿਆਦਾ, ਕਿਸੇ ਕੋਲ ਕਿਸ ਕਿਸਮ ਦੀ ਹੈ। ਸੁਰਤ ਸਾਰਿਆਂ ਕੋਲ ਹੈ, ਗੁਰਬਾਣੀ ਨੇ ਵੀ ਮੰਨ ਲਿਆ। ਸਭਾ ਸੁਰਤ ਜੇਤੇ ਹੈ ਜੀ, ਜਿੰਨੇ ਜੀਵ ਨੇ ਸਾਰਿਆਂ ਕੋਲ ਸੁਰਤ ਹੈ। ਰੱਬ ਜਦੋਂ ਬਣਾਉਂਦਾ ਉਦੋਂ ਸੁਰਤ ਨਾਲ ਦੇ ਕੇ ਦਿੰਦਾ, ਨਾਲ ਸੁਰਤ ਦਿੰਦਾ। ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ, ਸੁਰਤ ਦੇ ਦਿੱਤੀ ਉਸ। ਅਤੇ ਸੁਰਤ ਵੀ ਹੋਣਾ ਕੋਈ ਨਾ ਕੀ, ਕੋਈ ਵੀ ਨਹੀਂ ਬਣਾਇਆ ਜਿਹਨੂੰ ਸੁਰਤ ਵੀ ਹੋਣਾ ਕਰ ਦਿੱਤਾ ਹੋਵੇ। ਹਾਂ, ਕਿਸੇ ਕੋਲ ਥੋੜ੍ਹੀ ਹੈ, ਕਿਸੇ ਕੋਲ ਜ਼ਿਆਦਾ ਹੈ, ਜੇ ਸੁਰਤ ਤੇ ਹੱਥ ਡਰਾਓ। ਪਰ ਹੈ ਸਾਰਿਆਂ ਕੋਲ। ਅਤੇ ਜੇ ਸੁਰਤ ਲੋਇਨ ਹੈ, ਸੁਰਤ ਅੱਖਾਂ ਨੇ, ਉਹਨਾਂ ਨਾਲ ਰੱਬ ਦਿਸਦਾ ਅਤੇ ਸੁਰਤ ਸਾਰਿਆਂ ਕੋਲ ਹੈ, ਫਿਰ ਸਾਰਿਆਂ ਨੂੰ ਕਿਉਂ ਨਹੀਂ ਦਿਸਦਾ? ਉਹਦੀ ਤੁਕ ਜਿਹੜੀ ਹੈ ਨਾ ਸ਼ਬਦ ਦੀ, ਇਹ ਬੜੀ ਮਾਇਨੇ ਰੱਖਦੀ ਹੈ, ਕੇਂਦਰ ਹੈ।
सुरत नाल रब दिसदा है, सुरत सारियां कोल है, फिर सारियां नूं रब क्यों नहीं दिसदा? रब नूं लोग क्यों ढूंढदे फिरदे ने? रब दे मुतलाशी ने क्यों नहीं दिसदा? ਇੱਥੇ ਇੱਕ ਗੱਲ ਆਖੀ ਨੇ, ਕਹਿੰਦੇ ਨੇ ਪਰਮ ਮੈਂ ਸੋਈ ਸਗਲ ਜਗਤ ਤੰਦ ਅੰਧ। ਗੁਰਬਾਣੀ ਦਾ ਫੈਸਲਾ ਹੈ। ਪਰਮ ਮੈਂ ਸੋਈ ਸਗਲ ਜਗਤ ਤੰਦ ਅੰਧ, ਕੋਈ ਜਾਗੇ ਹਰ ਜਨ। ਸਾਰਾ ਸੰਸਾਰ ਸੁੱਤਾ ਪਿਆ ਤੇ ਸੁੱਤਾ ਪਿਆ ਭਰਮ ਵਿੱਚ। ਹੁਣ ਇਹ ਨਹੀਂ, ਇਹ ਅੱਖਾਂ ਭਰਮ ਵਿੱਚ ਥੋੜ੍ਹਾ ਸੌਂਦੀਆਂ ਨੇ, ਉਹ ਤਾਂ ਸੁਰਤ ਹੀ ਸੌਂਦੀ ਹੈ ਭਰਮ ਵਿੱਚ। ਜਦੋਂ ਭਰਮ ਪੈਦਾ ਹੁੰਦੇ ਨੇ ਮਨੁੱਖ ਦੀ ਸੁਰਤ ਹੁੰਦੀ ਹੈ ਪਰ ਸੌਂ ਜਾਂਦੀ ਹੈ, ਤੇ ਫਿਰ ਕੀ ਹੁੰਦਾ? ਇੱਕ ਹੋਰ ਸ਼ਬਦ ਵਿੱਚ ਬਾਬਾ ਰਾਮਦਾਸ ਜੀ ਨੇ ਵੀ ਆਖਿਆ, ਕਹਿਣ ਲੱਗੇ ਮਾਧੁਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਸੌ ਗਿਆ ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਏਕ ਸਿੰਘਾਸਨ ਸੋਇਆ। ਉੱਥੇ ਸੁੱਤ ਸੁੱਤੀ ਹੈ ਇਹ ਅੱਖਾਂ ਨਹੀਂ, ਕਿਉਂਕਿ ਸੁਪਨਾ ਕੋਈ ਇਹਨਾਂ ਅੱਖਾਂ ਨਾਲ ਥੋੜ੍ਹਾ ਵੇਖਿਆ ਜਾਂਦਾ। ਛੋਟੀਆਂ ਛੋਟੀਆਂ ਗੱਲਾਂ ਆਪਸ ਵਿੱਚ ਜੁੜੀਆਂ ਹੋਈਆਂ। ਸੁਪਨਾ ਮਨੁੱਖ ਇਹਨਾਂ ਅੱਖਾਂ ਨਾਲ ਨਹੀਂ ਜੀ ਦੇਖਦਾ, ਇਹ ਅੱਖਾਂ ਤਾਂ ਬੰਦ ਹੁੰਦੀਆਂ ਨੇ। ਸੁਪਨੇ ਵੇਖਣ ਦੀਆਂ ਅੱਖਾਂ ਜਿਹੜੀਆਂ ਨੇ ਸੁਰਤ ਨੇ, ਉਹਦੇ 'ਚ ਸੁਪਨਾ ਦੇਖਦਾ। ਜਦੋਂ ਸੁਰਤ ਨੂੰ ਨੀਂਦ ਆਉਂਦੀ ਹੈ ਨਾ, ਉਦੋਂ ਫਿਰ ਸੁਪਨੇ ਦੇਖਦੀ ਹੈ, ਅਤੇ ਸੁਪਨਾ ਕੀ ਹੁੰਦਾ? ਜੋ ਕੁਝ ਨਹੀਂ ਹੁੰਦਾ ਉਹ ਹੁੰਦਾ। ਕਹਿਣ ਲੱਗੇ ਮਾਧੁਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਏਕ ਸਿੰਘਾਸਨ ਸੋਇਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਸੁਪਨੇ ਸਿੰਘਾਸਨ ਸੋਇਆ। ਹੁਣ ਸੁਰਤ ਦੀ ਹਾਲਤ ਵੀ ਇਹੋ ਹੈ, ਸਾਰਿਆਂ ਨੂੰ ਮਿਲੀ ਹੋਈ ਹੈ, ਪਰ ਰੱਬ ਤੋਂ ਦੂਰੀ ਦਾ ਕਾਰਨ ਕੀ? ਇਹ ਵੀ ਗੱਲ ਬਿਲਕੁਲ ਠੀਕ ਹੈ, ਲੋਇਨ ਸੁਰਤ ਕਰੇ, ਇਹਨਾਂ ਸੁਰਤ ਦੇ ਲੋਇਨ ਨਾਲ ਹੀ ਦਿਸਣਾ ਹੈ। ਪਰ ਮੁਸ਼ਕਲ ਤਾਂ ਇੱਕੋ ਬਣੀ ਹੈ ਕਿ ਸੁਰਤ ਦੇ ਜਿਹੜੇ ਲੋਇਨ ਸਨ ਉਹ ਸੁੱਤੇ ਪਏ ਨੇ, ਸੁੱਤੇ ਪਏ ਨੇ ਭਰਮ ਵਿੱਚ। ਅਤੇ ਭਰਮ ਕੀ ਹੈ? ਜੈਸਾ ਮਾਨੀਏ ਹੋਏ ਨਾ ਤੈਸਾ, ਮਨੁੱਖ ਜਿਹਨੂੰ ਧਰਮ ਸਮਝੀ ਫਿਰਦਾ ਉਹ ਧਰਮ ਨਹੀਂ, ਜਿਹਨੂੰ ਸ਼ੁਭ ਕਰਮ ਸਮਝੀ ਫਿਰਦਾ ਹੈ ਸ਼ੁਭ ਕਰਮ ਨਹੀਂ। ਜਿਵੇਂ ਗੁਰਬਾਣੀ ਦਾ ਤੁਕ ਆਈ, ਜੇ ਜਾਣਸ ਬ੍ਰਹਮੰ ਕਰਮੰ, ਗੁਰਬਾਣੀ ਨੇ ਤਾਂ ਸਭ ਕੁਛ ਸਪਸ਼ਟ ਕਰ ਦਿੱਤਾ। ਪਾਠ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰਨ, ਗੱਲ ਮਾਲਾਂ
ਤਿਲਕ ਲਾਟਿੰਗ ਦੋਏ ਧੋਤੀ ਬਸਤਰ ਕਪਾਟਿੰਗ ਜੇ ਜਾਨਿਸ ਬਰਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮ ਜੈਸਾ ਮੰਨੀਏ ਹੋਏ ਨਾ ਤੈਸਾ ਜਿਹਨੂੰ ਬ੍ਰਹਮੰਗ ਕਰਮੰਗ ਸਮਝਦਾ ਰੱਬ ਦੇ ਕੰਮ ਸਮਝਦਾ ਅਤੇ ਕਰੀ ਜਾਂਦਾ ਦਿਨ ਰਾਤ ਫੋਕਟ ਕਰਮ ਜਿੰਨੀਆਂ ਤੀਰਥ ਯਾਤਰਾਵਾਂ ਨਿਕਲ ਰਹੀਆਂ ਫੋਕਟ ਕਰਮ ਫੋਕਟ ਕਰਮ ਕਰੀ ਜਾਂਦਾ ਹੁਣ ਉਹ ਜਿਹੜੀਆਂ ਅੱਖਾਂ ਸੁੱਤੀਆਂ ਪਈਆਂ ਨੇ ਜਿਹੜੀ ਸੁਰਤ ਦੀ ਅੱਖ ਸੁੱਤੀ ਪਈ ਉਹ ਵੇਖੇ ਕਿਵੇਂ ਉਹਨੂੰ ਸੁਪਨਾ ਹੀ ਆ ਸਕਦਾ ਵੇਖ ਤਾਂ ਸਕਦੀ ਨਹੀਂ ਹੁਣ ਸੁਰਤ ਦੀ ਅੱਖ ਜਦੋਂ ਸੌਂਦੀ ਹੈ ਨਾ ਉਹਨੂੰ ਫਿਰ ਰੱਬ ਨਹੀਂ ਦਿਸਦਾ ਉਹਨੂੰ ਫਿਰ ਸੁਪਨੇ ਦਿਸਦੇ ਨੇ ਆ ਜਿੰਨਾ ਕਰਮ ਕਾਂਡ ਹੈ ਨਾ ਸਭ ਸੁਪਨੇ ਦੇ ਸੁਰਤ ਦੇ ਸੁਪਨੇ ਨੇ ਰੱਬ ਨਹੀਂ ਮਿਲ ਰਿਹਾ ਨਹੀਂ ਤਾਂ ਵਾਇਰਸ ਕੀਤੀ ਸੀ ਮੈਂ ਹੈਰਾਨ ਹੋਇਆ ਵੀ ਇੱਕ ਪਾਸੇ ਆਖਦੇ ਨੇ ਸਭ ਸੁਰਤ ਜਿੱਤੇ ਹੈ ਜੀ ਸੁਰਤ ਵੀ ਹੋਣਾ ਕੋਈ ਨਾ ਕੀ ਸਾਰਿਆਂ ਕੋਲ ਸੁਰਤ ਹੈ ਅਤੇ ਇੱਕ ਪਾਸੇ ਆਖਦੇ ਨੇ ਲੋਇਨ ਸੁਰਤ ਕਰੇ ਨਾਨਕ ਕਹਿ ਸਿਆਣੀਏ ਵਿਕੰਤ ਮਿਲਾਵਾ ਹੋਏ ਜਿਹਦੇ ਕੋਲ ਅੱਖਾਂ ਸੁਰਤ ਦੀਆਂ ਨੇ ਉਹ ਰੱਬ ਦੇਖ ਸਕਦਾ ਕਿਵੇਂ ਦਾ ਦੁਨੀਆਂ ਨੂੰ ਦਿਸਦਾ ਨਹੀਂ ਅਤੇ ਜਵਾਬ ਇਸ ਤੁਕ ਵਿੱਚ ਸੀ ਪਰਮ ਮੈਂ ਸੋਈ ਸਗਲ ਜਗਤ ਤੰਦ ਅੰਧ ਸੰਸਾਰ ਪਰਮਾਂ ਦੀ ਨੀਂਦ ਵਿੱਚ ਸੁੱਤਾ ਪਿਆ ਅਤੇ ਕਰਮ ਕਾਂਡ ਦੇ ਪਖੰਡ ਦੇ ਸੁਪਨੇ ਪੈ ਲੈਂਦਾ ਜੈਸਾ ਮੰਨੀਏ ਹੋਏ ਨਾ ਤੈਸਾ ਉਹ ਸੁਪਨੇ ਲੈ ਰਿਹਾ ਉਹ ਅੱਖਾਂ ਖੁੱਲ੍ਹਣ ਨੀਂਦ ਟੁੱਟੇ ਅੱਖਾਂ ਖੁੱਲ੍ਹਣ ਤਾਂ ਰੱਬ ਦੇਖੇ ਹੁਣ ਅੱਖਾਂ ਹੈ ਨੇ ਪਰ ਭਰਮਾਂ ਦੀ ਨੀਂਦ ਵਿੱਚ ਨੇ ਜਦੋਂ ਉਹ ਨੀਂਦ ਟੁੱਟੇਗੀ ਫਿਰ ਅੱਖਾਂ ਰੱਬ ਦੇਖਣਗੀਆਂ ਪੇਖਣਗੀਆਂ ਇੱਥੇ ਲਫ਼ਜ਼ ਨੇ ਹਮਰਾ ਭਰਮ ਗਿਆ ਕਿਉਂਕਿ ਰਾਹ ਦੀ ਦੇਖੋ ਇੱਥੇ ਆਏ ਮੇਰਾ ਭਰਮ ਚਲਾ ਗਿਆ ਨੀਂਦ ਖੁੱਲ੍ਹ ਗਈ ਹੁਣ ਇਹਨਾਂ ਸੁਰਤ ਦੀਆਂ ਅੱਖਾਂ ਨੇ ਰੱਬ ਵੇਖਿਆ ਖੁੱਲ੍ਹ ਗਈਆਂ ਜਦੋਂ ਅੱਖਾਂ ਖੁੱਲ੍ਹ ਗਈਆਂ ਨੀਂਦ ਵਿੱਚੋਂ ਬਾਹਰ ਨਿਕਲੀਆਂ ਗਿਆਨ ਦੇ ਚਾਨਣ ਵਿੱਚ ਆਈਆਂ ਅੱਖਾਂ ਖੁੱਲ੍ਹ ਗਈਆਂ ਹੁਣ ਕੀ ਹੈ ਹਾਂ ਹਰ ਬਿਨਾਂ ਵਰਨਾ ਦੇਖਾਂ ਹਰ ਪਾਸੇ ਮੈਨੂੰ ਰੱਬ ਦਿਸ ਪਿਆ ਹੁਣ ਮੈਨੂੰ ਪ੍ਰਭੂ ਬਿਨਾਂ ਹੋਰ ਕੋਈ ਗੱਲ ਨਹੀਂ ਬੜਾ ਖੂਬਸੂਰਤ ਜਵਾਬ ਦਿੱਤਾ ਨੇ ਕਹਿਣ ਲੱਗੇ ਇਸ ਲਈ ਭਰਮ ਦੇ ਸੁਰਤ ਦੀਆਂ ਅੱਖਾਂ ਨੂੰ ਭਰਮ ਦੀ ਨੀਂਦ ਤੋਂ ਬਾਹਰ ਕੱਢ ਆ ਜਿਹੜਾ ਪਖੰਡ ਬਾਤ ਵਿੱਚ ਪਿਆ ਹੋਇਆ ਨਾ ਕਰਮ ਕਾਂਡ ਵਿੱਚ ਪਿਆ ਹੋਇਆ ਇਹ ਸੁਪਨੇ ਹੀ ਨੇ ਸੁਰਤ ਦੇ ਨਾ ਧਰਮ ਹੈ ਪਰ ਹੈ ਭਰਮ ਨਾ ਧਰਮ ਹੈ ਸੰਸਾਰ ਦੇ ਧਰਮ ਅਸਥਾਨਾਂ 'ਤੇ ਕਹਿੰਦੇ ਵੀ ਰੋਜ਼ ਰੋਜ਼ ਹੁਣ ਤਾਂ ਇਹ ਗੱਲ ਕਹਿੰਦੇ ਕਹਿੰਦੇ ਵੀ ਅੱਕ ਗਏ ਰੋਜ਼ ਕਿਸੇ ਗੱਲ ਨੂੰ ਦੁਹਰਾਈਏ ਨਾ ਮਨੁੱਖ ਕਈ ਵਾਰ ਉਸ ਗੱਲ ਤੋਂ ਅੱਕ ਜਾਂਦਾ ਹੈ ਧਰਮ ਅਸਥਾਨਾਂ ਦੇ ਵੱਡੇ ਵੱਡੇ ਹਾਲ ਵੱਡੇ ਵੱਡੇ ਅਸਥਾਨ ਗੁੰਬਦ ਉੱਚੇ ਉੱਚੇ ਮੀਨਾਰ ਦੇ ਵਿੱਚ ਸਭ ਫੋਕਟ ਨਿਸ਼ਚੋ ਕਰਮ ਉਹਨਾਂ ਕੋਲ ਪੁੱਛੋ ਆ ਕਿਉਂ ਕਰ ਰਹੇ ਕੋਈ ਪਤਾ ਨਹੀਂ ਜਵਾਬ ਉਹਨਾਂ ਕੋਲ ਵੀ ਕੋਈ ਨਹੀਂ ਜਵਾਬ ਉਹਨਾਂ ਕੋਲ ਵੀ ਕੋਈ ਨਹੀਂ ਦੇਖਾਂ ਦੇਖੀ ਮਨੁੱਖ ਕਰਮ ਕਾਂਡ ਕਰੀ ਜਾਂਦਾ ਹੈ ਅਤੇ ਉਹ ਹੈ ਸੁਰਤੀ ਦਾ ਸੁਪਨਾ ਅਤੇ ਸੁਪਨਾ ਜੋ ਕੁਝ ਹੁੰਦਾ ਉਹ ਜੋ ਕੁਝ ਦੇਖਦਾ ਉਹ ਨਹੀਂ ਹੁੰਦਾ ਜੈਸਾ ਮੰਨੀਏ ਹੋਏ ਨਾ ਤੈਸਾ ਅਤੇ ਭਰਮ ਹੈ ਸੁਰਤੀ ਦਾ ਸੁਪਨਾ ਅਤੇ ਜਦੋਂ ਸੁਪਨਾ ਟੁੱਟੇਗਾ ਫਿਰ ਅੱਖਾਂ ਖੁੱਲ੍ਹਣਗੀਆਂ ਅਤੇ ਅੱਖਾਂ ਖੁੱਲ੍ਹਣਗੀਆਂ ਰੱਬ ਦਿਸੇਗਾ ਲਓ ਆਹ ਦੋ ਤਿੰਨ ਗੱਲਾਂ ਗੁਰੂ ਨੇ ਇਸ ਸ਼ਬਦ ਵਿੱਚ ਫਰਮਾਈਆਂ ਨੇ ਬਾਬਾ ਕਬੀਰ ਜੀ ਦੀ ਰਚਨਾ 'ਤੇ ਬੈਠ ਕੇ ਅਤੇ ਨਾਲ ਇਹ ਵੀ ਦੱਸ ਦਿੱਤਾ ਭਲਿਆ ਕਥਨੀ ਕਹਿ ਭਰਮ ਨਾ ਜਾਈ ਮੇਰੀਆਂ ਗੱਲਾਂ ਕਰਨ ਨਾਲ ਭਰਮ ਨਹੀਂ ਜਾਂਦਾ ਮੇਰੀਆਂ ਗੱਲਾਂ ਕਰਨ ਨਾਲ ਕਥ ਕਥ ਕਹਿ ਮੇਰੀਆਂ ਗੱਲਾਂ ਕਰਨ ਨਾਲ ਭਰਮ ਦੀ
नींद नहीं खुलदी, सब कथ कथ रही लुकाई। दुनिया के लोग दिन रात रब दियां गल्लां करी जांदे ने, धर्म दियां गल्लां करी, बड़े वड्डे वड्डे ग्रंथ लिखे गए ने, दिन रात रहन सबाइयां कर करके धर्म दियां गल्लां हुंदियां ने, पर भरम नहीं मिट रहा, रात उवें दी उवें खड़ी। कहन लगे इसे लई कथनी कहे भरम ना जाई, सब कथ कथ रही लुकाई। पर ख्याल कर जिन्नी देर ये भरम की नींद नहीं खुलेगी, उन्नी देर अखा होने दे बावजूद, सुरत होने दे बावजूद, वो अखा वेखन गियां ने, बंद ने। गुरु ने यो गल बाणी विच आखी, कहन लगे हमरा भरम गया, हमरा भरम गया, भागा हमरा भरम गया, भागा दोए दोए लोचन पेखा। जदों भरम चला गया, जदों अखां ने वेख्या, अखां खुल गईयां, उदों दोए दोए लोचन पेखा, हो हर बिन अवर ना देखा, ओ हर बिन अबर न देखा। नैन रहे रंग लाई, नैन रहे रंग लाई, अब बेगल कहने ना जाए, अब बेगल कहने ना जाए, हमरा भरम गया, चला गया, नींद खुल गई, हुण सुपना नहीं, जो असल है वो दिसदा है। ते वो असला देखना पछाणना जेड़ा है, वो ही रब नूं पछाणना है। कह ले कहिंदे ने ओए, क्योंकि फिर मैनू संसार वल जदों देखदा सां, मैनू पता लग जांदा सी हे बाजीगर डंक बजाई, सब खलक तमाशे आई, उनका खेड है, उनका तमाशा है, इंदे विच बाजीगर बैठा है, इंदे विच तमाशा बनान खेड खेडन वाला खिलाड़ी बैठा है। फिर मैं उस खेड वाल नहीं सा देखदा, जिवें बाबा कबीर जी ने एक होर शब्द विच आख्या, कहन लगे कह कबीर बाजी जग भाई, बाजीगर सो मैं प्रीत बनाए। संसार एक खेड है, पर मैं उस खेड विच्चों बाजी विच्चों बाजीगर नूं लभ लिया, खेड विच्चों खिडारी नूं लभ लिया। हुण मैनूं हर पासे संसार दी हर खेड विच्चों ही रब दिसदा है, पर वो भरम दी नींद तों बाहर निकल के। पर ख्याल करियो, कहन लगे ये भरम दी नींद गल्लां नाल नहीं निकलदी। कथनी कहे परम न जाई, कथनी कहे
ਪਰ ਮੰਨਾ ਜਾਈ ਸਭ ਕਥ ਕਥ ਰਹੀ ਲੁਕਾਈ ਸਭ ਕਥ ਕਥ ਰਹੀ ਲੁਕਾਈ ਹਮਰਾ ਭਰਮ ਗਿਆ ਹਮਰਾ ਭਰਮ ਗਿਆ ਭਾਗਾ ਹਮਰਾ ਭਰਮ ਗਿਆ ਜਬ ਰਾਮ ਨਾਮ ਚਿੱਤ ਲਾਗਾ ਜਬ ਰਾਮ ਨਾਮ ਚਿੱਤ ਲਾਗਾ ਹਮਰਾ ਭਰਮ ਗਿਆ ਹਮਰਾ ਭਰਮ ਗਿਆ ਹਮਰਾ ਭਰਮ ਗਿਆ ਸੁਰਤ ਦੀਆਂ ਅੱਖਾਂ ਸਾਰਿਆਂ ਕੋਲ ਨੇ ਜੇ ਲੋਇਣ ਸੁਰਤ ਕਰੇ ਹੈ ਤਾਂ ਫਿਰ ਸੁਰਤ ਵੀ ਹੋਣਾ ਕੋਈ ਨਾ ਕੀ ਸਾਰਿਆਂ ਕੋਲ ਹੈ ਪਰ ਬਦਕਿਸਮਤੀ ਕਿ ਪਰਮਨ ਦੀ ਨੀਂਦ ਵਿੱਚ ਸੁੱਤੀਆਂ ਪਈਆਂ ਅੱਖਾਂ ਖੁੱਲਦੀਆਂ ਨਹੀਂ ਦੇਖ ਨਹੀਂ ਰਹੀਆਂ ਜਦੋਂ ਇਹ ਅੱਖਾਂ ਦੇਖਣ ਦੋਵੇਂ ਦੋਵੇਂ ਲੋਚਨ ਪੇਖਾਂ ਉਹ ਪੇਖਾਂ ਤਾਂ ਤਾਂ ਹੋਵੇ ਨਾ ਨੀਂਦ ਖੁੱਲੇ ਅੱਜ ਤੱਕ ਪਰਮਨ ਦੀ ਨੀਂਦ ਵਿੱਚ ਕਰਮ ਕਾਂਡ ਦੇ ਸੁਪਨੇ ਦੇਖੀ ਜਾਂਦਾ ਹੈ ਉਸੇ ਨੇ ਆਪਣਾ ਜੀਵਨ ਸਮਝੀ ਜਾਂਦਾ ਇਹੋ ਹੀ ਮੇਰਾ ਧਰਮ ਹੈ ਮੇਰੇ ਵਰਗਾ ਕੋਈ ਧਰਮ ਹੀ ਨਹੀਂ ਕਹਿਣ ਲੱਗੇ ਜਿਸ ਵੇਲੇ ਪਰਮਾ ਦੀ ਨੀਂਦ ਖੁੱਲੇ ਗਈ ਫਿਰ ਇਹ ਅੱਖਾਂ ਦੇਖਣ ਗਈਆਂ ਫਿਰ ਉਹਨੂੰ ਪਛਾਣ ਹੋ ਜਾਏਗੀ ਸੱਚ ਕੀ ਹੈ ਝੂਠ ਕੀ ਹੈ ਸੋ ਗੁਰੂ ਬਖਸ਼ਿਸ਼ ਕਰੇ ਹਾਲਾਤ ਐਸੇ ਹੀ ਚੱਲ ਰਹੇ ਨੇ ਕਿ ਪਰਮ ਮੈਂ ਸੋਈ ਸਗਲ ਜਗਤ ਤੰਦ ਅੰਧ ਕੋਈ ਜਾਗੇ ਹਰ ਜਨਕ ਗੁਰਬਾਣੀ ਦਾ ਫੈਸਲਾ ਹੈ ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਜਾਗਰਤੀ ਬਖਸ਼ਿਸ਼ ਸੋ ਜਾਗੇ ਜਗਾਏ ਸੋਈ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਸਤਿਗੁਰ ਸੇਵਨ ਜਾਗਨ ਸੇ ਜਿਹੜੇ ਗੁਰੂ ਜਗ ਦੇ ਨਾਲ ਜੁੜਦੇ ਨੇ ਉਹਨਾਂ ਦੀ ਪਰਮਾ ਵਿੱਚੋਂ ਨੀਂਦ ਖੁੱਲ੍ਹ ਜਾਂਦੀ ਹੈ ਫਿਰ ਉਹ ਸੁਪਨੇ ਨਹੀਂ ਧਰਮ ਦੇ ਦੇਖਦੇ ਉਹ ਸਾਕਾਰ ਧਰਮ ਦੇਖਦੇ ਨੇ ਧਰਮ ਦੇ ਵਾਰਸ ਨੂੰ ਦੇਖਦੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।